ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਹਾਡਾ ਵਿਰਸਾ ਪੰਜਾਬੀ ਅਫੀਸ਼ੀਅਲ ਤੇ ਬਹੁਤ ਬਹੁਤ ਸਵਾਗਤ ਹੈ। ਅੱਜ ਇਸ ਵੀਡੀਓ ਦੇ ਵਿੱਚ ਅਸੀਂ ਜਾਣਾਂਗੇ ਕਿ ਨਵਾਬ ਕਪੂਰ ਸਿੰਘ ਜੀ ਨੂੰ ਨਵਾਬੀ ਕਿਵੇਂ ਮਿਲੀ ਸੀਗੀ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਦੱਸ ਦੇਣਾ ਚਾਹੁੰਦਾ ਕਿ ਮੈਂ ਪਿਛਲੀ ਵੀਡੀਓ ਵਿੱਚ ਕਿਹਾ ਸੀਗਾ ਕਿ ਅਗਲਾ ਵੀਡੀਓ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਹੋਵੇਗਾ, ਪਰ ਮੈਂ ਦੱਸ ਦੇਣਾ ਚਾਹੁੰਦਾ ਕਿ ਗੁਰੂ ਸਾਹਿਬ ਜੀ ਦੇ ਜੀਵਨ 'ਤੇ ਮੈਂ ਹੋਰ ਰਿਸਰਚ ਕਰਿਆ, ਜਿਸ ਕਰਕੇ ਵੀਡੀਓ ਅਪਲੋਡ ਕਰਨ ਨੂੰ ਥੋੜ੍ਹਾ ਹੋਰ ਸਮਾਂ ਲੱਗੇਗਾ। ਤਾਂ ਚਲੋ ਹੁਣ ਵੀਡੀਓ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਜਿਨ੍ਹਾਂ ਨੂੰ ਨਵਾਬ ਕਪੂਰ ਸਿੰਘ ਜੀ ਦੇ ਬਾਰੇ ਨਹੀਂ ਪਤਾ, ਉਹਨਾਂ ਨੂੰ ਮੈਂ ਦੱਸ ਦੇਣਾ ਚਾਹੁੰਦਾ ਕਿ ਨਵਾਬ ਕਪੂਰ ਸਿੰਘ ਜੀ 18ਵੀਂ ਸਦੀ ਦੇ ਸਭ ਤੋਂ ਮਹਾਨ ਆਗੂਆਂ ਵਿੱਚੋਂ ਇੱਕ ਸਨ ਅਤੇ ਉਹਨਾਂ ਨੇ ਦਲ ਖਾਲਸੇ ਦੀ ਸਥਾਪਨਾ ਕੀਤੀ ਸੀਗੀ, ਜਿਸ ਦੇ ਵਿੱਚ ਬੁੱਢਾ ਦਲ ਅਤੇ ਤਰਨਾ ਦਲ ਸਨ। ਸਭ ਤੋਂ ਪਹਿਲਾਂ ਜਾਣਦੇ ਹਾਂ ਕਿ ਜ਼ਕਰੀਆ ਖਾਨ ਨੇ ਸਿੱਖਾਂ ਦੇ ਅੱਗੇ ਨਵਾਬੀ ਦੀ ਪੇਸ਼ਕਸ਼ ਕਿਉਂ ਕੀਤੀ ਸੀਗੀ। ਭਾਈ ਤਾਰਾ ਸਿੰਘ ਵਾਂ ਜੀ ਦੀ ਸ਼ਹੀਦੀ ਤੋਂ ਬਾਅਦ 1726 ਦੇ ਵਿੱਚ ਸਰਬੱਤ ਖਾਲਸਾ ਸੱਦਿਆ ਗਿਆ ਸੀਗਾ ਅਤੇ 3 ਅਹਿਮ ਫੈਸਲੇ ਲਏ ਗਏ ਸੀਗੇ। ਪਹਿਲਾ ਫੈਸਲਾ ਸੀਗਾ ਕਿ ਸਰਕਾਰੀ ਖਜ਼ਾਨੇ ਲੁੱਟੇ ਜਾਣਗੇ, ਦੂਜਾ ਫੈਸਲਾ ਸੀਗਾ ਕਿ ਸਰਕਾਰੀ ਅਸਲੇ ਖਾਨੇ ਅਤੇ ਤਬੇਲੇ ਲੁੱਟੇ ਜਾਣਗੇ, ਅਤੇ ਤੀਜਾ ਫੈਸਲਾ ਸੀਗਾ ਕਿ ਸਰਕਾਰੀ ਮੁਖਬਰਾਂ ਨੂੰ ਸੋਧਿਆ ਜਾਵੇਗਾ। ਜਦੋਂ ਜ਼ਕਰੀਆ ਖਾਨ ਨੇ ਦੇਖਿਆ ਕਿ ਸਰਕਾਰੀ ਮੁਖਬਰ ਸੋਧੇ ਜਾ ਰਹੇ ਨੇ ਅਤੇ ਸਰਕਾਰੀ ਅਸਲੇ ਖਾਨੇ ਤਬੇਲੇ ਅਤੇ ਸਰਕਾਰੀ ਖਜ਼ਾਨੇ ਲੁੱਟੇ ਜਾ ਰਹੇ ਨੇ, ਤਾਂ ਉਸਨੇ ਸਿੱਖਾਂ ਦੇ ਅੱਗੇ ਨਵਾਬੀ ਦੀ ਪੇਸ਼ਕਸ਼ ਕੀਤੀ। ਸਿੱਖਾਂ ਨੂੰ ਨਵਾਬੀ ਦੇਣ ਵਾਸਤੇ ਜ਼ਕਰੀਆ ਖਾਨ ਨੇ ਭਾਈ ਸ਼ਬੇਗ ਸਿੰਘ ਜੀ ਨੂੰ ਭੇਜਿਆ ਸੀਗਾ। ਇਹ ਉਹੀ ਭਾਈ ਸ਼ਬੇਗ ਸਿੰਘ ਜੀ ਸੀਗੇ ਜਿਨ੍ਹਾਂ ਨੂੰ ਉਹਨਾਂ ਦੇ ਪੁੱਤਰ ਭਾਈ ਸ਼ਹਿਬਾਜ਼ ਸਿੰਘ ਜੀ ਦੇ ਨਾਲ ਚਾਖੜੀਆਂ ਚੜ੍ਹ ਕੇ ਸ਼ਹੀਦ ਕੀਤਾ ਗਿਆ ਸੀਗਾ। ਭਾਈ ਸ਼ਬੇਗ ਸਿੰਘ ਜੀ ਜ਼ਕਰੀਆ ਖਾਨ ਦੇ ਵੇਲੇ ਇੱਕ ਸਰਕਾਰੀ ਵਕੀਲ ਸਨ ਅਤੇ ਅਪ੍ਰੈਲ 1733 ਨੂੰ ਜ਼ਕਰੀਆ ਖਾਨ ਨੇ ਭਾਈ ਸ਼ਬੇਗ ਸਿੰਘ ਜੀ ਨੂੰ ਸਿੱਖਾਂ ਨੂੰ ਨਵਾਬੀ ਦੇਣ ਵਾਸਤੇ ਭੇਜਿਆ ਸੀਗਾ। ਉਸ ਸਮੇਂ ਪੰਥ ਦੇ ਜਥੇਦਾਰ ਸਨ ਬਾਬਾ ਦਰਬਾਰਾ ਸਿੰਘ ਜੀ, ਤਾਂ ਸਭ ਤੋਂ ਪਹਿਲਾਂ ਭਾਈ ਸ਼ਬੇਗ ਸਿੰਘ ਜੀ ਨੇ ਬਾਬਾ ਦਰਬਾਰਾ ਸਿੰਘ ਜੀ ਦੇ ਅੱਗੇ ਨਵਾਬੀ ਦੀ ਪੇਸ਼ਕਸ਼ ਕੀਤੀ ਸੀਗੀ। ਬਾਬਾ ਦਰਬਾਰਾ ਸਿੰਘ ਜੀ ਨੇ ਇਹ ਕਹਿ ਕੇ ਨਵਾਬੀ ਠੁਕਰਾ ਦਿੱਤੀ ਸੀਗੀ ਕਿ ਕਿਸੇ ਦੇ ਦਿੱਤਿਆਂ ਅਸੀਂ ਨਵਾਬੀ ਨਹੀਂ ਲੈਣੀ, ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਕਹਿ ਗਏ ਸੀਗੇ ਕਿ ਖਾਲਸਾ ਰਾਜ ਕਰੇਗਾ। ਇਸ ਤੋਂ ਬਾਅਦ ਭਾਈ ਸ਼ਬੇਗ ਸਿੰਘ ਜੀ ਨੇ ਨਵਾਬੀ 5 ਪਿਆਰਿਆਂ ਅੱਗੇ ਰੱਖ ਦਿੱਤੀ ਸੀਗੀ। ਉਹ 5 ਪਿਆਰੇ ਸਨ ਬਾਬਾ ਦੀਪ ਸਿੰਘ ਜੀ, ਜੱਸਾ ਸਿੰਘ ਰਾਮਗੜੀਆ ਜੀ, ਹਰੀ ਸਿੰਘ ਪੰਗੀ ਜੀ, ਭਾਈ ਕਰਮ ਸਿੰਘ ਜੀ ਅਤੇ ਭਾਈ ਬੁੱਢਾ ਸਿੰਘ ਜੀ, ਜੋ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੇ ਪੜਦਾਦਾ ਜੀ ਸਨ। ਇਹਨਾਂ 5 ਪਿਆਰਿਆਂ ਨੇ ਵੀ ਨਵਾਬੀ ਲੈਣ ਤੋਂ ਮਨਾ ਕਰ ਦਿੱਤਾ ਸੀਗਾ ਅਤੇ ਉਹਨਾਂ ਨੇ ਕਿਹਾ ਕਿ 5 ਪਿਆਰਿਆਂ ਤੋਂ ਵੱਡਾ ਅਹੁਦਾ ਹੋਰ ਕੀ ਹੋ ਸਕਦਾ ਹੈ। ਜਦੋਂ ਜਥੇਦਾਰ ਦਰਬਾਰਾ ਸਿੰਘ ਜੀ ਨੇ ਅਤੇ 5 ਪਿਆਰਿਆਂ ਨੇ ਨਵਾਬੀ ਲੈਣ ਤੋਂ ਮਨਾ ਕਰ ਦਿੱਤਾ, ਤਾਂ ਫਿਰ ਭਾਈ ਸ਼ਬੇਗ ਸਿੰਘ ਜੀ ਨੇ ਗ੍ਰੰਥੀ ਸਿੰਘ ਨੂੰ ਗੁਰਬਾਣੀ ਵਿੱਚੋਂ ਇੱਕ ਸ਼ਬਦ ਪੜ੍ਹਦੇ ਸੁਣਿਆ ਅਤੇ ਉਸ ਤੋਂ ਬਾਅਦ ਉਹਨਾਂ ਨੇ ਫੈਸਲਾ ਕੀਤਾ ਕਿ ਜੋ ਸੇਵਾ ਕਰ ਰਿਹਾ ਹੈ ਉਸ ਨੂੰ ਨਵਾਬੀ ਦਿੱਤੀ ਜਾਵੇ। ਉਸ ਸਮੇਂ ਜੋ ਸੇਵਾ ਕਰ ਰਹੇ ਸਨ ਉਹ ਸਨ ਸਰਦਾਰ ਕਪੂਰ ਸਿੰਘ ਜੀ। ਜਦੋਂ ਭਾਈ ਸ਼ਬੇਗ ਸਿੰਘ ਜੀ ਨੇ ਸਰਦਾਰ ਕਪੂਰ ਸਿੰਘ ਜੀ ਦੇ ਅੱਗੇ ਨਵਾਬੀ ਦੀ ਪੇਸ਼ਕਸ਼ ਕੀਤੀ, ਤਾਂ ਉਹਨਾਂ ਨੇ ਵੀ ਨਵਾਬੀ ਲੈਣ ਤੋਂ ਮਨਾ ਕਰ ਦਿੱਤਾ ਅਤੇ ਕਿਹਾ ਕਿ ਸਾਨੂੰ ਨਵਾਬੀ ਦੀ ਕੋਈ ਲੋੜ ਨਹੀਂ। ਆਖਰ ਦੇ ਵਿੱਚ 5 ਪਿਆਰਿਆਂ ਦੇ ਹੁਕਮ ਦੇ ਨਾਲ ਸਰਦਾਰ ਕਪੂਰ ਸਿੰਘ ਜੀ ਨੂੰ ਨਵਾਬੀ ਦਿੱਤੀ ਗਈ ਅਤੇ ਉਹ ਸਰਦਾਰ ਕਪੂਰ ਸਿੰਘ ਜੀ ਤੋਂ ਨਵਾਬ ਕਪੂਰ ਸਿੰਘ ਜੀ ਬਣੇ। ਨਵਾਬੀ ਦੇ ਨਾਲ ਉਹਨਾਂ ਨੂੰ ਇੱਕ ਜਗੀਰ ਵੀ ਮਿਲੀ ਸੀਗੀ, ਜਿਸ ਦੇ ਵਿੱਚ 3 ਪਿੰਡ ਸਨ। ਉਹ ਸਨ ਦਿਪਾਲਪੁਰ, ਜੱਬਲ ਅਤੇ ਕੰਗਣਵਲ। ਅਤੇ ਇਸੇ ਨਾਲ ਇਹ ਵੀਡੀਓ ਇੱਥੇ ਹੀ ਖਤਮ ਹੁੰਦਾ ਹੈ। ਨਵਾਬ ਕਪੂਰ ਸਿੰਘ ਜੀ ਦੇ ਬਾਰੇ ਅਸੀਂ ਕਿਸੇ ਹੋਰ ਵੀਡੀਓ ਵਿੱਚ ਵਿਸਥਾਰ ਨਾਲ ਗੱਲ ਕਰਾਂਗੇ। ਜੇ ਤੁਹਾਨੂੰ ਇਹ ਵੀਡੀਓ ਪਸੰਦ ਆਇਆ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।